ਤੇ ਉਧਰੋਂ ਮਿੰਟੂ ਜੀ ਆਪਾਂ ਅੱਗੇ ਚੱਲ ਗਏ ਕਿ ਉਧਰੋਂ ਅਰਣਜੀਤਲੀ ਦੇ ਪੁੱਤਰ ਦੇ ਉੱਤੇ ਦੋਸ਼ ਲੱਗਿਆ ਜੀ ਹੁਣ ਕਿ ਇਹਨੇ ਪੁੱਤਰ ਦੇ ਨਾਲ ਨਾਲ ਨੂੰ ਦਾ ਵੀ ਜ਼ਿਕਰ ਆਇਆਗਾ ਹਾਂਜੀ ਹਾਂਜੀ ਉਹ ਵੀ ਹੁਣ ਜੇ ਤੁਸੀਂ ਦੇਖੋਗੇ ਤਾਂ ਕੌਮੀ ਪੱਧਰ ਤੇ ਬੜੀ ਵੱਡੀ ਖਬਰ ਬਣੀ ਪਈ ਆ ਉਹ ਜੀ ਅਰਣਜੀਤਲੀ ਤੇ ਵੀ ਵੇਖੋ ਇਤਫਾਕ ਦੇਖੋ ਚਲੋ ਤੇ ਹੁਣ ਸੰਸਾਰ ਚ ਆਨੇ ਕਿ ਬਹੁਤੀ ਆਪਾਂ ਕੀ ਗੱਲ ਫੋਲਣੀ ਆ ਜੀ 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 ਅਰਣਜੀਤਲੀ ਤੇ ਵੀ ਕੁਝ ਕਿ ਇਸ ਦੇ ਮਾਮਲੇ ਜਿਹੜੇ ਇਸ ਤਰ੍ਹਾਂ ਦੇ ਆ ਉਹੀ ਇਸ ਕੇਸ ਦੇ ਜਾਂ ਕਹਿ ਲੋ ਕਿ ਇਹ ਇਲਜ਼ਾਮਾਂ ਵਾਲਾ ਜਿਹੜਾ ਮਸਲਾ ਹੈ ਇਸੇ ਤਰ੍ਹਾਂ ਦੇ ਦੋਸ਼ ਲੱਗੇ ਸਨ ਯਾਦ ਹੈ ਨਾ ਤੁਹਾਨੂੰ ਕਿ ਡीडीसीਏ ਦੇ ਦੋਸ਼ ਲਾਏ ਅਰਵਿੰਦ ਕੇਜਰੀਵਾਲ ਉਰੀ ਉਦੋਂ ਨਵੇਂ-ਨਵੇਂ ਸਿਆਸਤ ਚਾਏ ਸਨ ਜੀ ਬੜੀ ਜ਼ਬਰਦਸਤ ਇੱਕ ਭੇੜ ਵੇਖਣ ਨੂੰ ਮਿਲੀ ਸਾਨੂੰ ਆਪਸ ਦੇ ਵਿੱਚ ਇਹਨਾਂ ਦੀ ਪੂਰਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਐਂ ਲੱਗਦਾ ਸੀਗਾ ਕਿ ਜਿਵੇਂ ਕੋਈ ਫਿਲਮ ਚੱਲ ਰਹੀ ਹੈ ਤਾਬੜ ਤੋੜ ਦੋ ਉਸ ਤੋਂ ਬਾਅਦ ਫਿਰ ਮਾਣਾ ਨੀ ਦੇ ਮੁਕਦਮੇ ਤਾਬੜ ਤੋੜ ਉਹਦੇ ਚ ਇੱਕ ਜ਼ਬਰਦਸਤ ਬਹਿਸ ਉਸ ਤੋਂ ਬਾਅਦ ਕੇਸ ਵਾਪਸੀ ਸਾਰਾ ਖੁਸ਼ ਹੋਇਆ ਜੀ ਤਾਂ ਇਦਾਂ ਹੀ ਹੁਣ ਅਰਉਣ ਜੇਤਲੀ ਦੇ ਸੁਪੁੱਤਰ ਤੇ ਵੀ ਇਲਜ਼ਾਮਤ ਲੱਗੇ ਨੇ ਜੀ ਮਸਲਾ ਕੀ ਹੋਇਆ ਕਿ ਇੱਕ ਬੀਬੀ ਨੇ ਲੈਟਰ ਲਿਖਿਆ ਇੱਕ ਤਰ੍ਹਾਂ ਨਾਲ ਕਹਿ ਲੋ ਵੈਸੇ ਤੇ ਈਮੇਲ ਆ ਜੀ ਤਾਂ ਇੱਕ ਤਿੰਨ ਪੰਨਿਆਂ ਦਾ ਜਿਹਦਾ ਅਸੀਂ ਉਹ ਥੋੜਾ ਸਾਰਾਂਸ਼ ਜਿਹੜਾ ਉਹ ਕੱਢਿਆ ਸੀਗਾ ਪ੍ਰਿੰਟ ਆਊਟ ਕੱਢਿਆ ਸੀਗਾ ਜੀ ਜੀ ਤਾਂ ਇਹਦੇ ਵਿੱਚ ਉਹਨਾਂ ਨੇ ਜਿਹੜਾ ਮੇਲ ਕੀਤਾ ਹੈ ਉਹ ਬੀਸੀਸੀਆਈ ਦੇ ਜਿਹੜੇ ਕਰਤਾ ਧਰਤਾ ਨੇ ਸ਼ਾਹ ਦੇ ਮੁੰਡੇ ਜੀਡੀਸੀ ਦੇ ਮੇਲਾ ਦਾ ਪ੍ਰਧਾਨ ਸੀ ਇਸ ਕਰਕੇ ਫਿਰ ਬੀਬੀਸੀਏ ਨੂੰ ਸ਼ਿਕਾਇਤ ਕੀਤੀ ਉਹਨਾਂ ਨੇ ਬਿਲਕੁਲ ਪ੍ਰੈਜ਼ੀਡੈਂਟ ਨੇ ਤਾਂ ਫਿਰ ਬੀਸੀਸੀਆਈ ਨੂੰ ਸ਼ਿਕਾਇਤ ਜਾਏਗੀ ਜੀ 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 ਤੇ ਉਹਨਾਂ ਦੇ ਉੱਤੇ ਤਾਂ ਹਾਇਰ ਅਥਾਰਟੀ ਫਿਰ ਹੋ ਗਈ ਜੀ ਜੀ ਬਾਡੀ ਹੋ ਗਈ ਜੀ ਫਿਰ ਇਸ ਤੋਂ ਇਲਾਵਾ ਵੀਵੀਐਸ ਲਖਮਨ ਨੂੰ ਵੀ ਕੱਢਿਆ ਗਿਆ ਜੀ ਕਮਾਲ ਦੀ ਗੱਲ ਹੈ ਇੱਕ ਮੇਲ ਹੋਰ ਵੀ ਕਈ ਨੇ ਐਡਰੈਸ ਜਿਨ੍ਹਾਂ ਜਿਨ੍ਹਾਂ ਤੇ ਮੇਲ ਕੀਤਾ ਗਿਆ ਰੌਜਰ ਬਿੰਨੀ ਜੀ ਜਿਹੜੇ ਆ ਬੀਸੀਸੀਆਈ ਦੇ ਜੀ ਉਹਨਾਂ ਨੂੰ ਵੀ ਇਹ ਮੇਲ ਜਿਹੜਾ ਗਿਆ ਜੀ ਤਾਂ ਇਹਦੇ ਵਿੱਚ ਮੁਢਲੇ ਤੌਰ ਤੇ ਜਿਹੜੇ ਦੋਸ਼ ਆਪਾਂ ਦੇਖੀਏ ਤਾਂ ਉਹ ਇਹੋ ਨੇ ਕਿ ਇਹ ਕੋਈ ਬੀਬੀਸੀ ਜਿਹਦਾ ਵਿਅਕਤਾ ਜੀਵਨ ਦਾ ਕੋਈ ਕਹਿ ਲਓ ਝਗੜਾ ਚੱਲ ਰਿਹਾ ਸੀਗਾ ਕਰੇਲੂ ਕਲੇਸ਼ ਜੀ 3 3 2021 ਨੂੰ ਕਹਿੰਦੀ ਹੈ ਕਿ ਇੱਕ ਹੋਟਲ ਦੇ ਵਿੱਚ ਮੇਰੀ ਮੁਲਾਕਾਤ ਇਹ ਜੈਤਲੀ ਸਾਹਿਬ ਨਾਲ ਹੁੰਦੀ ਹੈ ਰੋਹਨ ਜੈਤਲੀ ਰੋਹਨ ਜੈਤਲੀ ਇਹਦਾ ਨਾਮ ਬਿਲਕੁਲ ਜੀ ਤੇ ਉਹਦੀ ਘਰ ਵਾਲੀ ਦਾ ਨਾਂ ਮਹਿਰੋ ਨੀ사 ਜੀ ਤੇ ਉਹ ਕਹਿੰਦੀ ਆ ਕਿ ਸਾਡੀ ਮੁਲਾਕਾਤ ਹੋਈ ਮੈਂ ਆਪਣਾ ਦੱਸਿਆ ਤੇ ਇਹਨੇ ਦੱਸਿਆ ਕਿ ਕਿਸ ਤਰ੍ਹਾਂ ਮੇਰੀ ਚੜਤ ਹੈ ਬਈ ਕਿਸ ਤਰ੍ਹਾਂ ਮੈਂ ਕਾਰੋਬਾਰ ਸੰਭਾਲਦਾ ਕਿਸ ਤਰ੍ਹਾਂ ਬੱਲੇ ਬੱਲੇ ਆ ਵੀ ਸਾਰਾ ਕੁਝ ਅਸੀਂ ਕਰਦੇ ਆ ਜੀ ਜੋ ਵੀ ਮਨ ਚ ਆਉਂਦਾ ਹੈ ਮਤਲਬ ਜੀ ਇੱਕ ਦੂਜਾ ਉਹਨਾਂ ਨੇ ਜਿਹੜਾ ਦੋਸ਼ ਲਾਇਆ ਹੈ ਪਿੜਤਾ ਨੇ ਉਹ ਬੀਬੀ ਆਂਦੀ ਆ ਕਿ ਫਿਰ ਉਸ ਤੋਂ ਬਾਅਦ ਚੈਟ ਐਸਐਮਐਸ ਜਾਂ ਸਾਰਾ ਕੁਝ ਜਿਹੜਾ ਹੈ ਆਪਸ ਦੇ ਵਿੱਚ ਗੁਫ਼ਤਗੂ ਦਾ ਸلسਲਾ ਸਾਡਾ ਕੁਝ ਇਸ ਤਰੀਕੇ ਨਾਲ ਚੱਲਿਆ ਜੀ ਉਸ ਤੋਂ ਬਾਅਦ ਉਹ ਕਹਿੰਦੀ ਹੈ ਕਿ ਇਹ ਜਿਹੜੇ ਮਿਸਟਰ ਜੇਤਲੀ ਸਨ ਇਹ ਆਪਣੇ ਵਿਵਤਾ ਜੀਵਨ ਦੇ ਰੋਣੇ ਮੇਰੇ ਕੋਲ ਰੋਣ ਲੱਗੇ ਕਿ ਘਰ ਵਾਲੀ ਸ਼ਰਾਬ ਬੜਾ ਪਿੰਦੀ ਹੈ ਜੀ ਸ਼ਰਾਬ ਬੜੀ ਖਿੱਚਦੀ ਹੈ ਉਹਦਾ ਉਹ ਮਤਲਬ ਕਿ ਮੇਰੇ ਪ੍ਰਤੀ ਗੰਭੀਰ ਨਹੀਂ ਹੈ ਕਿ ਕੋਈ ਪ੍ਰਾਈਵੇਟ ਗੱਲਾਂ ਅਜਤਾ ਕਹ ਲਓ ਆਪਣੇ ਘਰੇਲੂ ਜੀਵਨ ਦੀਆਂ ਉਹ ਸ਼ੇਅਰ ਕੀਤੀਆਂ ਇਸ ਬੀਬੀ ਦੇ ਨਾਲ ਤੇ ਉਸ ਤੋਂ ਬਾਅਦ ਉਹ ਕਹਿੰਦੀ ਕਿ ਹਾਂਜੀ ਆਪਣੀ ਨਿੱਜੀ ਜ਼ਿੰਦਗੀ ਦੀਆਂ ਜਾਂ ਵਿਆਹੁਤਾ ਜ਼ਿੰਦਗੀ ਦੀਆਂ ਗੱਲਾਂ ਸ਼ੇਅਰ ਕਰਨ ਉਪਰੰਤ ਜਦੋਂ ਉਹਨੇ ਸ਼ੇਅਰ ਕਰ ਲਈਆਂ ਤੇ ਫਿਰ ਆਖਿਆ ਕਿ ਬਈ ਮੈਂ ਤੇਰੇ ਨਾਲ ਸ਼ਾਦੀ ਕਰਨਾ ਚਾਹੁੰਨਾ ਜੀ ਤੇ ਇਹ ਚਾਂਸਾ ਦੇ ਕੇ ਉਹ ਕਹਿੰਦੀ ਕਿ ਮੇਰਾ ਬਹੁਤ ਜ਼ਿਆਦਾ ਸਰੀਰਕ ਖੂਸ਼ਣ ਕੀਤਾ ਗਿਆ ਜੀ ਤਾਂ ਦੋਸ਼ ਇਹਨਾਂ ਨੂੰ ਆਪਾਂ ਦੋ ਤਰ੍ਹਾਂ ਦੇ ਮੰਨ ਸਕਦੇ ਹਾਂ ਕਥੇ ਤੌਰ ਤੇ ਜਿਹੜੇ ਲੱਗੇ ਆ ਕਿ ਇੱਕ ਤੇ ਆ ਕਿ ਬਾਈ ਜੋ ਵੀ ਹੁੰਦਾ ਡीडीसी ਇਹਦੇ ਵਿੱਚ ਉਹਦਾ ਹਵਾਲਾ ਦਿੱਤਾ ਗਿਆ ਜੀ ਤੇ ਸੈਕੰਡ ਕਿ ਭਾਈ ਮੈਨੂੰ ਵਿਆਹ ਦਾ ਚਾਂਸਾ ਦੇ ਕੇ ਇਹਨੇ ਸਰੀਰਕ ਤੌਰ ਤੇ ਵਰਤਿਆ ਵਾ ਜੀ ਵੈਸੇ ਤੇ ਇਹਦੇ ਵਿੱਚ ਹੁਣ ਕੋਰਟਾਂ ਵੀ ਬਹੁਤ ਕੁਝ ਕਹਿ ਚੁੱਕੀਆਂ ਨੇ ਜੀ ਇਹ ਮਾਮਲੇ ਜਿਹੜੇ ਆ ਨਾ ਉਹ ਇਹਨੇ ਅ ਕਹਿ ਲਓ ਕਿ ਕਾਨੂੰਨੀ ਪੱਖ ਤੋਂ ਹੁਣ ਭਾਰੇ ਨਹੀਂ ਰਹੇ ਕਿ ਕੋ ਵਿਅਵਹਤਾਵੰਦ ਹੈ ਤੁਹਾਨੂੰ ਜਾਣਕਾਰੀ ਹੈ ਉਹਦੇ ਬਾਰੇ ਚੰਗੀ ਭਲੀ ਉਹਦਾ ਜਿਹੜਾ ਪਬਲਿਕ ਜੀਵਨ ਹੈ ਉਹਦਾ ਉਦੇ ਬਾਰੇ ਸਾਰਾ ਕੁਝ ਜਾਣਦੇ ਹੋ ਤਦ ਵੀ ਤੁਸੀਂ ਰਿਲੇਸ਼ਨ 'ਚ ਜਾਂਦੇ ਹੋ ਜਾਂ ਭਰੋਸੇ 'ਚ ਜਾਂਦੇ ਹੋ ਤੇ ਤੁਸੀਂ ਬਾਲਗ ਹੋ ਤਾਂ ਬਹੁਤ ਔਖਾ ਹੋ ਜਾਂਦਾ ਹੈ ਪਰ ਗੱਲ ਕੀ ਹੈ ਕਿ ਮਸਲਾ ਤੇ ਹੋਣਾ ਕਿ अरुण ਜੇਤਲੀ ਦੀ ਵਿਰਾਸਤ ਜਿਹੜੀ ਹੈ ਕਿਉਂਕਿ ਉਹ ਦੋਸ਼ ਲੱਗੇ ਸਨ ਸਾਬਤ ਨਹੀਂ ਹੋਏ ਜੀ ਜੇ ਮੰਨ ਲਓ ਕੱਲ ਨੂੰ ਕੋਈ ਹੇਰ ਫੇਰ ਦਾ ਕੋਈ ਇਸ ਤਰ੍ਹਾਂ ਦਾ ਕੋਈ ਦੋਸ਼ ਲੱਗਦਾ ਜਾਂ ਕੋਈ ਵੱਡੀ ਕਾਰਵਾਈ ਹੁੰਦੀ ਹੈ ਤਾਂ ਜੋ अरुण ਜੇਤਲੀ ਦੀ ਵਿਰਾਸਤ ਹੈ ਉਹਦੇ ਤੇ ਸਵਾਲ ਤੇ ਫਿਰ ਖੜੇ ਹੋਣਗੇ ਨਾ ਮਾਮਲਾ ਇਹ ਹੁੰਦਾ ਹੈ ਕਈ ਵਾਰ ਜੀ 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 ਤਾਂ ਉਹ ਕਹਿੰਦੀ ਹੈ ਕਿ ਹੁਣ ਇਹ ਜੇਤਲੀ ਫੈਮਿਲੀ ਹੈ ਜਿਹੜੀ ਖਾਸ ਤੌਰ ਤੇ ਜੇਤਲੀ ਜੋੜਾ ਕਹਿ ਲਈਏ ਕਿ ਉਹ ਮੈਨੂੰ ਧਮਕਾ ਰਿਹਾ ਮਤਲਬ ਕਿ ਇਹਦੀ ਘਰ ਵਾਲੀ ਵੀ ਮੈਨੂੰ ਧਮਕੀਆਂ ਦੇ ਰਹੀ ਆ ਤੇ ਦੋ ਬੰਦੇ ਭੇਜੇ ਗਏ ਵਾਰ-ਵਾਰ ਇੱਕ ਨੇ ਤਜ਼ਾਬ ਸੁੱਟਣ ਦੀ ਧਮਕੀ ਦਿੱਤੀ ਇੱਕ ਨੇ ਉਦਾਂ ਜਾਨੋ ਮਾਰਨ ਦੀ ਧਮਕੀ ਦਿੱਤੀ ਆ ਕਿ ਜੇ ਤੂੰ ਅੱਗੇ ਕੁਸਕੀ ਜਾ ਕੇ ਕਿਤੇ ਤੇ ਫਿਰ ਤੇਰੇ ਨਾਲ ਅਸੀਂ ਵੇਖਾਂਗੇ ਇਹ ਆਪਦਾ ਭੜਿਆ ਵਿਚਾਰ ਲੈ ਜੀ 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 ਤੇ ਅੱਗੇ ਜੱਕ ਦੇਖਦੇ ਆ ਕੋਈ ਇੱਕ ਕਮੈਂਟ ਵੀ ਆ ਰਿਹਾ ਸੀ ਮਿੰਟੂ ਜੀ ਕਹਿੰਦੇ ਕਿ ਨੈਸ਼ਨਲ ਮੀਡੀਆ ਦੇ ਵਿੱਚ ਖਬਰ ਦਬਾਤੀ ਸੀ ਜੀ ਕਿਸੇ ਇੰਡੀਪੈਂਡੈਂਟ ਜਰਨਲਿਸਟ ਨੇ ਖਬਰ ਬਾਹਰ ਕੱਢੀ ਉਸ ਤੋਂ ਬਾਅਦ ਹੀ ਚੱਲੀ ਆ ਕਹਿੰਦੇ ਹਾਂ ਜੀ ਨਹੀਂ ਉਹ ਬੀਬੀ ਸਾਖਸ਼ੀ ਜੋਸ਼ੀ ਆ ਜੀ YouTube ਚੈਨਲ ਆ ਉਹਦਾ ਉਹਨੇ ਖਬਰ ਕੱਢੀ ਸੀ ਪਰ ਗੱਲ ਇਹ ਆ ਕਿ ਦੇਖੋ ਮੇਨਸਟ੍ਰੀਮ ਚ ਖਬਰ ਤੇ ਹੁਣ ਚੱਲ ਰਹੀ ਆ ਨਾ ਹਾਂ ਜੀ ਹੁਣ ਤਾਂ ਦੌੜ ਰਹੀ ਆ ਪੂਰੀ ਚੱਲ ਰਹੀ ਆ ਪੰਜਾਬ ਚ ਵੀ ਇਹ ਹੁੰਦਾ ਕਿ ਜਦੋਂ ਕਿਸੇ ਦੇ ਹੱਥ ਲੱਗ ਗਏ ਤਾਂ ਫੇਰ ਗੱਲ ਦੱਬਣ ਥੋੜੀ ਦਿੰਦਾ ਕੋਈ ਜੀ ਜਿਹੜਾ ਵੀ ਸਾਧ ਪੱਤਰਕਾਰ ਆ ਉਫਰ ਕੱਢ ਲਿਆ ਹੁੰਦਾ ਤੇ ਜਦੋਂ ਤੁਹਾਡੇ ਕੋਲ ਈਮੇਲ ਹੀ ਆ ਗਿਆ ਪ੍ਰਿੰਟ ਆਊਟ ਆ ਗਿਆ ਫਿਰ ਉਹਦੇ ਚ ਕੀ ਦਿੱਕਤ ਹੈ ਜੀ ਫਿਰ ਤਾਂ ਕੁਝ ਵੀ ਨਹੀਂ ਹੈ ਤੁਸੀਂ ਛੋਟੀ ਜਿਹੀ ਕਨਫਰਮੇਸ਼ਨ ਲੈਣੀ ਵੈਸੇ ਤੇ ਈਮੇਲ ਤੁਹਾਨੂੰ ਬਤਾ ਨਾ ਰਿਕਾਰਡ ਚ ਮੰਨਿਆ ਜਾਂਦਾ ਹੈ ਇੱਕ ਤਰ੍ਹਾਂ ਚਿੱਠੀ ਮੰਨੀ ਜਾਂਦੀ ਪੱਤਰ ਮੰਨਿਆ ਜਾਂਦਾ ਬਿਜਲਾਈ ਪੱਤਰ ਮੰਨਿਆ ਜਾਂਦਾ ਇਸ ਕਰਕੇ ਫਿਰ ਤਾਂ ਕੁਝ ਰਹਿ ਹੀ ਨਹੀਂ ਜਾਂਦਾ ਜਦੋਂ ਈਮੇਲ ਦਾ ਐਕਸੈਸ ਮਿਲ ਗਿਆ ਤੁਹਾਨੂੰ ਕਿ ਈਮੇਲ ਦੇ ਵਿੱਚ ਕੀ ਮੌਜੂ ਹੈ ਕੀ ਗੱਲਬਾਤ ਹੈ ਜੀ 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 ਬਿਲਕੁਲ ਬਿਲਕੁਲ ਜੀ ਇਧਰ ਜਰਾ ਕਈ ਜਨਾਂ ਦੇ ਕਮੈਂਟ ਆ ਰਹੇ ਸੀਗੇ ਜੀ ਥੱਪੜ ਵਾਲੇ ਮਾਮਲੇ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਐਮਐਲਏ ਉਹ ਅਦਰਸਲ ਉਹਦੀ ਕੋਈ ਵੀਡੀਓ ਸੀਡੀਓ ਹਲੇ ਤੱਕ ਕੋਈ ਆਈ ਨਹੀਂ ਤੇ ਨਾ ਹੀ ਕੋਈ ਦੁਬਾਰਾ ਤੋਂ ਪੁਸ਼ਟੀ ਹੋਈ ਹੈ ਇਸ ਕਰਕੇ ਬਈ ਖਬਰ ਤੇ ਮਿਲਦਾ ਕੱਲ ਆਪਾਂ ਜਦਲਕਾਰੀ ਜੀ ਹਾਂ ਜੀ ਬੀਬਾ ਹਰਸਿਮਰਤ ਕੌਰ ਬਾਦਲ ਟਵੀਟ ਕਰੀ ਬੈਠੇ ਸਨ ਅਖਾ ਅੱਛਾ ਜੀ ਹਾਂ ਜੀ ਉਹ ਕੀ ਕਹਿ ਕੇ ਟਵੀਟ ਚ ਟਵੀਟ ਕਹਿ ਕੇ ਕਹਿੰਦੇ ਵੀ ਆ ਵੀ ਕੰਮ ਚੱਲੀ ਜਾਂਦਾ ਥੱਪੜ ਤੋਂ ਥੱਪੜ ਵੀ ਖਾਈ ਜਾਂਦੇ ਇਹਨਾਂ ਦੇ ਵਿਧਾਇਕਤ ਹੁਣ ਇੱਥੇ ਕੋਈ ਨਵਾਂ ਸੁਣਿਆ ਸੀਗਾ ਕਿ ਨੇ ਜੀ ਕੋਈ ਆਪਣੇ ਬੀਬੀ ਨੇ ਵਿਧਾਇਕਾ ਉਹਨਾਂ ਦੇ ਵੀ ਗਰੋਲਾ ਗਰੋਲਾ ਪਤਾ ਨਹੀਂਗਾ ਆਪਾਂ ਉੱਪਰ ਕੋਈ ਬਈ ਇਹਨਾਂ ਦਾ ਪਤਾ ਨਹੀਂ ਸਭੋਂ ਸੱਚ ਆ ਤੁਸੀਂ ਪ੍ਰੋਗਰਾਮ ਕੁਛ ਕਰਨ ਬੈਠੋ ਤੇ ਹੋ ਸਕਦਾ ਪ੍ਰੋਗਰਾਮ ਕੁਛ ਕਰਨਾ ਪੈ ਜਾਵੇ ਇਹਨਾਂ ਦੇ ਮਾਮਲੇ 'ਚ ਜੀ ਜੀ ਸਭੋ ਸੱਚ ਆ ਜੋ ਹੋ ਰਿਹਾ ਹੁਣ ਤੇ ਗੱਲਾਂ ਬਹੁਤ ਸੁਣ ਸੁਣ ਰਹੇ ਆ ਕਿ ਅਮੇਤਰਤਨ ਤੋਂ ਬਾਅਦ ਸ਼ਿਕਾਇਤ ਇੱਕ ਵਿਧਾਇਕ ਦੀ ਹੋਰ ਦੀ ਬਠਿੰਡੇ ਦੇ ਬਠਿੰਡੇ ਏਰੀਏ 'ਚ ਇੱਕ ਹੋਰ ਵਿਧਾਇਕ ਦੀ ਸ਼ਿਕਾਇਤ ਪਹੁੰਚੀ ਪਈ ਆ ਵਿਜੀਲੈਂਸ ਵਾਲੇ ਵੀ ਕਹਿੰਦੇ ਕਹਿੰਦੇ ਬਈ ਇਦਾਂ ਕਰੋ ਇੱਕ ਬ੍ਰਾਂਚ ਸਾਡੀ ਜਿਹੜੀ ਆ ਨਾ ਆਪਦੇ ਵਿਧਾਇਕਾਂ ਜੋਗੀ ਬਿਠਾ ਦਿਓ ਇੱਕ ਕਾਂਗਰਸੀਆਂ ਜੋਗੀ ਬਿਠਾ ਦਿਓ ਫਿਰ ਬ੍ਰਾਂਚਾਂ ਹੀ ਅਡਡ ਕਰ ਲੈਣੇ ਆ ਹੋਰ ਇਹ ਹੋਰ ਕੀ ਆ ਤੁਹਾਡੇ ਦੇ ਮਾਮਲੇ ਹੀ ਬੜੇ ਨਿਕਲ ਰਹੇ ਨੇ ਬਾਈ ਇਹ ਵੀ ਗੱਲ ਸਹੀ ਹੈ ਜੀ ਬਿਲਕੁਲ ਬਿਲਕੁਲ ਇਧਰੋਂ ਜਿਹੜਾ ਕਮੈਂਟਰ ਹੈ ਜੀ ਕਹਿੰਦੇ ਸਿੰਘ ਜੀ ਉਹ ਕਹ ਰਿਹਾ ਕਿ ਅਮਰਿਤਪਾਲ ਸਿੰਘ ਦੇ ਸਾਥੀ ਤੂਫਾਨ ਲਬਰੀਤ ਸਿੰਘ ਤੂਫਾਨ ਨੂੰ ਰਿਹਾ ਕਰ ਦਿੱਤਾ ਗਿਆ ਜੀ ਕਹਿੰਦੇ ਆਹ ਜੀ ਫਿਰ ਉਹ ਜਿਹੜੇ ਰੀਲੀਜ਼ਿੰਗ ਆਰਡਰ ਸੀਗੇ ਸਿੰਘ ਸਾਹਿਬ ਜਦੋਂ ਉਹ ਹੀ ਜਾਰੀ ਹੋ ਗਿਆ ਜੀ ਕਿਸੇ ਵੀ ਬੰਦੇ ਨੂੰ ਜਿਹੜਾ ਹੁਣ ਮੈਜਿਸਟਰੇਟ ਹੈ ਜਦੋਂ ਉਹਦੇ ਕੋਲ ਜਾ ਕੇ ਕੈਨਸਲੇਸ਼ਨ ਰਿਪੋਰਟ ਪਾ ਦਿੱਤੀ ਪੁਲਿਸ ਵਾਲਿਆਂ ਨੇ ਜੀ ਤਾਂ ਉਹਨਾਂ ਨੇ ਨਾਲ ਦੀ ਨਾਲ ਰੀਲੀਜ਼ਿੰਗ ਆਰਡਰ ਟਾਈਪ ਕਰਕੇ ਮੋਹਰ ਲਾ ਕੇ ਦੇ ਦਿੱਤੇ ਤਾਂ ਜਦੋਂ ਜੇਲ੍ਹ ਚ ਪਹੁੰਚਨੇ ਸੀ ਨਾਲ ਦੀ ਨਾਲ ਰਿਹਾਇਉ ਹੋ ਜਾਣੀ ਸੀ ਉਹਦੇ ਵਿੱਚ ਤਾਂ ਫਿਰ ਕੋਈ ਦਿੱਕਤ ਨਹੀਂ ਨਾ ਕਿ ਜਦੋਂ ਵੀ ਜੇਲ੍ਹ ਦੇ ਵਿੱਚ ਉਹ ਰੀਲੀਜ਼ਿੰਗ ਆਰਡਰ ਪਹੁੰਚ ਕੇ ਫਿਰ ਉਸ ਤੋਂ ਬਾਅਦ ਇੱਕ ਮਿੰਟ ਵੀ ਤੁਸੀਂ ਰੱਖ ਨਹੀਂ ਸਕਦੇ ਤੇ ਅੱਜ ਕੱਲ ਕੀ ਹੈ ਕਿ ਈਮੇਲ ਦੇ ਥਰੂ ਵੀ ਆਰਡਰ ਭੇਜ ਦਿੱਤੇ ਜਾਂਦੇ ਨੇ ਨਾਲ ਦੀ ਨਾਲ ਈਮੇਲ ਵੀ ਹੋ ਜਾਂਦਾ ਅੱਗੇ ਕੀ ਹੁੰਦਾ ਸੀ ਮਾਨ ਸਾਹਿਬ ਕਿ ਹੱਥ ਦਸਤੀ ਕਾਗਜ਼ਾਤ ਜਾਂਦੇ ਹੁੰਦੇ ਸਨ ਕਈ ਵਾਰ ਮਤਲਬ ਕਿ ਆਰਡਰ ਜਾਰੀ ਹੁੰਦਿਆ ਸ਼ਾਮ ਪੈ ਜਾਣੀ ਤਾਂ ਅਗਲੇ ਦਿਨ ਉਹ ਆਰਡਰ ਜਾਇਆ ਕਰਦੇ ਸਨ ਹੱਥ ਦਸਤੀ ਜੀ ਜੀ ਅੱਜ ਕੱਲ ਤੇ ਜ਼ਮਾਨਾ ਫਿਰ ਇਲੈਕਟ੍ਰੋਨਿਕ ਜ਼ਮਾਨਾ ਹੋਇਆ ਪਿਆ ਜੀ 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 ਡਿਜੀਟਲ ਇੰਡੀਆ ਜੀ 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 ਬਿਲਕੁਲ ਬਿਲਕੁਲ ਜੀ ਇਧਰੋਂ ਕਹਿੰਦੇ ਵਿਜੀਲੈਂਸ ਬਹੁਤ ਜ਼ਿਆਦਾ ਬਿਜ਼ੀ ਹੋ ਗਈ सुरेंद्र ਗਰਗ ਜੀ ਕਹ ਰਹੇ ਬਿਲਕੁਲ ਜੀ ਵਿਜੀਲੈਂਸ ਕੋਲ ਤਾਂ ਮੇਰੇ ਤਾਂ ਟਾਈਮ ਵਾਲੇ ਪਾਸੇ ਤਾਂ ਹੈ ਨਹੀਂ ਕੋਈ ਕੋਲੇ ਬਿਲਕੁਲ ਹੀ ਟਾਈਮ ਮੇਰੇ ਹਿਸਾਬ ਨਾਲ ਉਹਨਾਂ ਦੀ ਉਹਨਾਂ ਦੀ ਜਿਹੜੀ ਨਫਰੀਆ ਬੜੀ ਸੀਮਤ ਹੈ ਮਾਨ ਸਾਹਿਬ ਆ ਇਸ ਵੇਲੇ ਤਕਰੀਬਨ ਹੱਦੋਂ ਜ਼ਿਆਦਾ ਮੇਰੇ ਹਾਂਜੀ ਤਕਰੀਬਨ 6-700 ਆ ਜਿਸ ਤਰ੍ਹਾਂ ਦਾ ਵਰਕਿੰਗ ਲੋਡ ਆ ਉਹਨਾਂ ਤੇ ਵਰਕ ਲੋਡ ਹੈ ਤਾਂ ਉਹਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਉਹਨੂੰ ਡਬ ਫਿਰ ਦੂਸਰੀ ਗੱਲ ਹੈ ਕਿ ਜਿਵੇਂ ਆਪਾਂ ਹੁਣ ਦੇਖਦੇ ਆ ਕਿ ਪੰਜਾਬ ਦੇ ਜਿਹੜੇ ਥਾਣੇ ਆ ਉਹਨਾਂ ਦੇ ਵਿੱਚ ਵੀ ਇਹਨਾਂ ਦੇ ਆਈਟੀ ਜਿਹੜੇ ਸਪੈਸ਼ਲਿਸਟ ਨੇ ਸਾਈਬਰ ਕ੍ਰਾਈਮ ਦੇ ਸਪੈਸ਼ਲਿਸਟ ਨੇ ਉਹ ਭਰਤੀ ਕਰਕੇ ਪੱਕੇ ਬਿਠਾਏ ਜਾਂਦੇ ਨੇ ਜੀ ਜੀ ਤਾਂ ਇਸ ਪੱਖ ਤੋਂ ਵੀ ਵਿਜੀਲੈਂਸ ਨੂੰ ਬਹੁਤ ਜ਼ਿਆਦਾ ਮੇਰੇ ਖਿਆਲ ਦੇ ਨਾਲ ਹੁਣ ਸਮਾਂ ਹੈ ਕਿ ਉਹਨਾਂ ਨੂੰ ਅਪ ਟੂ ਡੇਟ ਕਰਨਾ ਪਏਗਾ ਹੁਣ ਸਮੇਂ ਦੇ ਅਨਸਾਰ ਜੀ 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 ਬਿਲਕੁਲ ਬਿਲਕੁਲ ਜੀ ਇਧਰੋਂ ਉਮਰਤਪਾਲ ਜੀ ਕਹ ਰਿਹਾ ਕਿ ਮਾਨਸਾ ਬਠਿੰਡਾ ਹੁਣ ਬੈਕਵਰਡ ਨਹੀਂ ਰਹੇਗਾ ਜੀ ਸੁਰਖੀਆਂ ਚ ਨਾ ਰਹਿੰਦਾ ਤਾਂ ਬਿਲਕੁਲ ਹੀ ਮਾਨਸਾ ਬਠਿੰਡੇ ਦਾ ਤੁਹਾਨੂੰ ਨਾ ਹੀ ਵਿਜੀਲੈਂਸ ਮੈਂ ਤੇ ਉਦੋਂ ਕਿਹਾ ਸੀਗਾ ਕਿ ਅਮਿਤ ਰਤਨ ਨੇ ਤੇ ਬਠਿੰਡਾ ਹੋਰ ਵੀ ਮਸ਼ਹੂਰ ਕਰ ਦਿੱਤਾ ਚੀਲਾ ਨਾਲੋਂ ਵੀ ਵੱਧ ਕਿਲੇ ਨਾਲੋਂ ਵੀ ਵੱਧ ਜੀ ਬਹੁਤ ਜ਼ਿਆਦਾ ਮਸ਼ਹੂਰ ਕੀਤਾ ਇਹ ਰਤਨ ਨਿਕਲੇ ਆਤੇ ਹੋ ਸਕਦਾ ਹੈ ਕਿ ਕਿਸੇ ਦਿਨ ਕੋਈ ਮਤਲਬ ਕਿ ਚਲਾਮਾ ਜਾਂ ਕੋਈ ਉੱਥੇ ਗਰੁੱਪ ਤੇ ਸਨਮਾਨ ਵੀ ਦੇ ਦੇਵੇ ਇਹਨਾਂ ਨੂੰ ਸਨਮਾਨ ਚਿੰਨ ਵੀ ਦੇ ਦੇਵੇ ਬੇਟਾ ਜੀ 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 ਬਿਲਕੁਲ ਬਿਲਕੁਲ ਜੀ ਜਿਵੇਂ ਉਸ ਦਿਨ ਸਮਰਥਕ ਕਿੰਨੇ ਰਸਿ ਗਏ ਕੋਈ ਇੱਕ ਕਹਿੰਦਾ ਜੀ ਮੈਂ ਇਹਨਾਂ ਦਾ ਵਕੀਲ ਆ ਮੈਂ ਫਾਈਟ ਕਰਨਾ ਹੈਗਾ ਅੱਛਾ ਨਹੀਂ ਨਹੀਂ ਇਹਨਾਂ ਦੇ ਸਮਰਥਕ ਤੇ ਜਿੰਦਾਬਾਦ ਕਰਨ ਚਲੇ ਗਏ ਸਨ ਜੀ ਜੀ ਦੇਖੋ ਆਹੀ ਮੈਂ ਕਹਿਣਾ ਹੁੰਦਾ ਯਾਰ ਤੁਸੀਂ ਸਮਰਥਕ ਜ਼ਰੂਰ ਬਣੋ ਪਰ ਅੱਖਾਂ ਜ਼ਰੂਰ ਖੋਲ ਕੇ ਰੱਖੋ ਆਪਣੇ ਦਿਮਾਗ ਨੂੰ ਜ਼ਰੂਰ ਚੱਲਦਾ ਰੱਖੋ ਜੀ ਜਦੋਂ ਤੁਸੀਂ ਦਿਮਾਗ ਨੂੰ ਲਾ ਕੇ ਲੋਕ ਤੇ ਚਾਬੀ ਜਿਹੜੀ ਹੈ ਨਾ ਉਹ ਫੜਾ ਦਿੰਦੇ ਹੋ ਆਪਦੇ ਲੀਡਰ ਨੂੰ ਫਿਰ ਕੰਮ ਖਰਾਬ ਹੁੰਦਾ ਹੈ ਜੀ ਅੱਛਾ ਉੱਥੇ ਜੁੜ ਗਏ ਭਾਜਪਾ ਵਾਲੇ ਜੀ ਜਦੋਂ ਇਹ ਸਾਰਾ ਫੜਿਆ ਮਾਮਲਾ ਹੋਇਆ ਰਿਸ਼ਮ ਤੇ ਉਸ ਤੋਂ ਬਾਅਦ ਜਮਾਵੜਾ ਹੋ ਗਿਆ ਸਰੂਪ ਚੰਦ ਸਿੰਘ ਲਾਉਰੀ ਵੀ ਪਹੁੰਚ ਗਏ ਇਹਨਾਂ ਨੂੰ ਇਹ ਸੀ ਕਿ ਇਹ ਅਮਿਤ ਰਤਨ ਨੂੰ ਭਜਾਉਣਗੇ ਵਿਜੀਲੈਂਸ ਵਾਲੇ ਜਿਉ ਇਹਨਾਂ ਦੇ ਮਨਸੂਬੇ ਨਜ਼ਰ ਆਉਂਦੇ ਆ ਤੇ ਭਜਾ ਵੀ ਦਿੱਤਾ ਤੁਹਾਨੂੰ ਪਤਾ ਹੀ ਹੈ ਸਾਰਾ ਕੁਝ ਹੋਇਆ ਅੱਛਾ ਉਥੇ ਉਹ ਨਾਰੇ ਲਾਉਣ ਕਿ ਭਗਵੰਤ ਮਾਨ ਮੁਰਦਾਬਾਦ ਜਾਂ ਵਿਜੀਲੈਂਸ ਜਾਂ ਇਹ ਅਮਿਤ ਤਾਂ ਉਹ ਬਰੋਬਰ ਮਤਲਬ ਕਿ ਉਹਨਾਂ ਦਾ ਧੜਾ ਆ ਗਿਆ ਉਥੇ ਗਲ ਪੈ ਚਲੇ ਸਨ ਇੱਕ ਦੂਜੇ ਦੇ ਜੀ ਉਹ ਇਹ ਮੁਰਦਾਬਾ ਮੁਰਦਾਬਾਦ ਕਹਿਣ ਜਾਂ ਜਿੰਦਾਬਾਦ ਕਹਿਣ ਅੱਛਾ ਹੁਣ ਉਹ ਜਿੰਦਾਬਾਦ ਕਹਿਣ ਵਾਲੇ ਹੁਣ ਕੀ ਕਹਿਣਗੇ ਕਿਉਂਕਿ ਭਗਵੰਤ ਮਾਨ ਹੋ ਰਹੇ ਨੇ ਉਹਨੂੰ ਕਚੇਲਾ ਦਿੱਤਾ ਹੈ ਵਿਧਾਇਕ ਨੇ ਹੁਣ ਹੁਣ ਕਿਹਦੇ ਹੱਕ ਚ ਨਰੇਵਾਜ਼ੀ ਕਰੋਗੇ ਫਸ ਗਈ ਗੱਲ ਤੋਂ ਤਾਂ ਹੀ ਮੈਂ ਕਹਣਾ ਕਿ ਚਾਬੀ ਆਪਣੇ ਦਿਮਾਗ ਦੀ ਆਪਣੇ ਕੋਲ ਰੱਖੋ ਸਿੰਪਲ ਫੰਡਾ ਹੈ ਸਮਰਥਨ ਜਿਦਾ ਮਰਜ਼ੀ ਕਰੋ ਮੈਂ ਕਦੇ ਮੈਂ ਇਸ ਨੂੰ ਮਾਮਲੇ ਚ ਨਾ ਬੜਾ ਖੁੱਲਾ ਡੁੱਲਾ ਰੱਖਦਾ ਮਾਮਲਾ ਜੀ ਕਿ ਚਾਹੇ ਮੇਰਾ ਕੋਈ ਮਿੱਤਰ ਵੀ ਹੈ ਚਾਹੇ ਕੋਈ ਵਿਚਾਰਕ ਬਰੋਦੀ ਵੀ ਹੈ ਕਿ ਭਾਈ ਜਿੱਥੇ ਉਹਨੇ ਸਮਰਥਨ ਕਰਨਾ ਯਾਰ ਥੋਪੋ ਨਾ رائے ਨਾ ਥੋਪੋ ਜੀ ਕੋਈ ਕਿਸੇ ਵੀ ਆਈਡੀਓਲੋਜੀ ਨੂੰ ਫੋਲੋ ਕਰਦਾ ਹੈ ਤਾਂ ਹੀ ਆਪਾਂ ਕਹਿੰਦੇ ਕਿ ਯਾਰ ਸਾਨੂੰ ਕਿਸੇ ਦੇ ਸਮਰਥਨ ਤੋਂ ਜਾਂ ਕਿਸੇ ਦੇ ਵਿਚਾਰ ਤੋਂ ਕੋਈ ਡਰ ਨਹੀਂ ਹੈ ਜੀ ਕੋਈ ਸਾਡਾ ਕੋਈ ਉਹਦੇ ਨਾਲ ਕੋਈ ਜਾਤੀ ਰੰਜਿਸ਼ ਵਾਲਾ ਮਾਮਲਾ ਨਹੀਂ ਹੈ ਜੀ ਜਿਨੇ ਕਾਮਰੇਡੀ ਕੋਟਣੀ ਉਹ ਕੋਟੇ ਜਿਨੇ ਖਾਲਸਤਾਨੀ ਵਿਚਾਰਧਾਰਾ ਨੂੰ ਫੋਲੋ ਕਰਨਾ ਉਹ ਕਰੇ ਜਿਹਦਾ ਰਾਸ਼ਟਰਵਾਦ ਬਈ ਚਮਕਦਾ ਹੈ ਉਹ ਜਮਕਾ ਲਵੇ ਸਾਨੂੰ ਕੋਈ ਦਿੱਕਤ ਨਹੀਂ ਹੈ ਬਸ ਇਹ ਹੈ ਕਿ ਇਹ ਦੇਖੋ ਕਿ ਅਸੀਂ ਆਪਣੀ ਜਿਹੜੀ ਭਾਈਚਾਰਕ ਸਾਂਝ ਹੈ ਉਹ ਨਾ ਤੋੜ ਬੈਠੀਏ ਆਪਸ ਦੇ ਵਿੱਚ ਅ ਨਿੱਜੀ ਤੌਰ ਤੇ ਵਰਤ ਦੇ ਵਰਤ ਦੇ ਅਸੀਂ ਕੋਈ ਸਿਆਸੀ ਦੁਸ਼ਮਣੀ ਨਾ ਪਾਲ ਬੈਠੀਏ ਜਾਂ ਅਸੀਂ ਕੁਝ ਐਸਾ ਨਾ ਕਰੀਏ ਕਿ ਜਿਹੜਾ ਪੰਜਾਬ ਹੈ ਜਿਹੜਾ ਬਹੁਤ ਇਸ ਵੇਲੇ ਆਰਥਿਕ ਤੌਰ ਤੇ ਖਸਤਾ ਹਾਲ ਹੈ ਜਦੋਂ ਅੱਜ ਸੰਸਾਰ ਦੇ ਵਿੱਚ ਵਪਾਰ ਦੀ ਇੱਕ ਲੜਾਈ ਲੜੀ ਜਾ ਰਹੀ ਹੈ ਜੀ ਸਾਰੀ ਲੜਾਈ ਵਪਾਰ ਦੀ ਹੈ ਸਰ ਜੀ ਚਾਹੇ ਜਿਹੜੇ ਮਰਜੀ ਦੁਨੀਆ ਦੇ ਕਨਫਲਿਕਟ ਚੱਕ ਕੇ ਦੇਖ ਲੋ ਜੀ ਕਿ ਅੱਜ ਦੁਨੀਆ ਪਰ ਚ ਵਿਚਾਰ ਵਿਚਾਰ ਤੋਂ ਇਲਾਵਾ ਜਿਹੜੀ ਦੌੜ ਇੱਕ ਲੱਗੀ ਆ ਜਾ ਲੜਾਈ ਲੱਗੀ ਆ ਉਹ ਲੱਗੀ ਆ ਵਪਾਰ ਦੀ ਤਾਂ ਕਿ ਅਸੀਂ ਜੋ ਸਾਡੇ ਕੋਲ ਸੀਮਤ ਜੇ ਮੌਕੇ ਨੇ ਕਿ ਅਸੀਂ ਉਹ ਸੀਮਤ ਮੌਕੇ ਵੀ ਗਵਾ ਰਹੇ ਆ ਆਪਣੀਆਂ ਇਹਨਾਂ ਲੜਾਈਆਂ ਪੜਾਈਆਂ ਦੇ ਵਿੱਚ ਜਾਂ ਸਾਡੇ ਜਿਹੜੇ ਆਪਸ ਦੇ ਵਿੱਚ ਵਿਚਾਰਕ ਮਤ ਪੇਦ ਨੇ ਜਾਂ ਕੌਮ ਪੱਦਰ ਤੇ ਵਿਲਾ ਲੋ ਜੀ ਕਿ ਜੋ ਤਰੱਕੀ ਕੀਤੀ ਜਾ ਸਕਦੀ ਹੈ ਸਮੂਹਿਕ ਤੌਰ ਤੇ ਕੀ ਅਸੀਂ ਉਸ ਵੱਲ ਵੱਧ ਰਹੇ ਆ ਇਹ بڑے ਵੱਡੇ ਸਵਾਲ ਰਹਿੰਦੇ ਨੇ ਗੱਲਾਂ ਛੋਟੀਆਂ ਨੇ ਬਿਲਕੁਲ 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 ਮਿੰਟੂ ਜੀ ਇਧਰੋਂ ਜਿਹੜਾ ਇੱਕ ਕਮੈਂਟ ਦਾ ਹੋਰ ਵਿਜੀਲੈਂਸ ਨਾਲ ਜੁੜਿਆ ਮਿੰਟੂ ਜੀ ਜਿਹੜਾ ਜਵਾਬ ਦੇ ਹੋਏ ਵਿੱਕੀ ਰਾਜੀ ਪੁੱਛ ਰਿਹਾ ਜੀ ਕਿ ਵਿਜੀਲੈਂਸ ਬਾਰੇ ਦੱਸਿਓ ਕੁਝ ਏਜੰਸੀ ਕੰਮ ਕਿਵੇਂ ਕਰਦੀ ਹੈ ਜੀ ਪੰਜਾਬ 'ਚ ਜਾਂ ਹੋਰ ਰਾਜਾਂ ਦੇ ਵਿੱਚ ਵੀ ਨਹੀਂ ਨਹੀਂ ਵਿਜੀਲੈਂਸ ਜਿਹੜੀ ਉਹ ਹਰੇਕ ਸੂਬੇ 'ਚ ਤੁਹਾਨੂੰ ਮਿਲ ਜਾਏਗੀ ਆਪਣੀ ਆਪਣੀ ਵੱਖਰੀ ਇਹਨਾਂ ਦਾ ਆਪਣਾ ਇੱਕ ਐਕਟ ਹੁੰਦਾ ਹੈ ਜੀ ਵਿਜੀਲੈਂਸ ਐਕਟ ਨੂੰ ਅਮੈਂਡ ਕੀਤਾ ਗਿਆ ਸੀਗਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੇ ਆ ਜਿਹੜੀ ਦੂਸਰੀ ਪਾਰੀ ਸੀ ਇਹਦੇ ਵਿੱਚ ਜੀ ਤੁਹਾਨੂੰ ਪਤਾ ਹੋਵੇਗਾ ਕਿ ਰੌਲਾ ਪੈ ਗਿਆ ਸੀਗਾ ਉਸ ਚੀਜ਼ ਦਾ ਕਿਉਂਕਿ ਇਹਨਾਂ ਨੇ ਕੁਝ ਚੀਜ਼ਾਂ ਅਮੈਂਡ ਕਰਕੇ ਇਦਾਂ ਲਿਖ ਦਿੱਤੀਆਂ ਸੀ ਕਿ ਜਿਵੇਂ ਮੰਨ ਲਓ ਕੁਝ ਬਿਊਰੋਕਰੇਟਸ ਨੇ ਕਿ ਤੁਹਾਨੂੰ ਡਾਇਰੈਕਟ ਕਾਰਵਾਈ ਕਰਨ ਦੀ ਥਾਂ ਤੇ ਪਹਿਲਾਂ ਪ੍ਰਵਾਨਗੀ ਲੈਣੀ ਪੈਗੀ ਯਾਦ ਆ ਹੁਣ ਤੁਹਾਨੂੰ ਕਿ ਪਿਛਲੇ ਦਿਨ ਇੱਕ ਆਪਾਂ ਗੱਲ ਕੀਤੀ ਸੀ ਕਿ ਜਿੰਨੀ ਕੁ ਜਾਣਕਾਰੀ ਮਿਲ ਰਹੀ ਆ ਕਿ 100 ਦੇ ਕਰੀਬ ਪ੍ਰਵਾਨਗੀਆਂ ਵਿਜੀਲੈਂਸ ਦੀਆਂ ਆੜੀਆਂ ਪਈਆਂ ਨੇ ਵਿਭਾਗਾਂ ਦੇ ਕੋਲ ਤੇ ਉਹ ਕੁਝ ਫਾਇਲਾ ਸੀਐਮਓ ਨੂੰ ਭੇਜ ਰਹੇ ਨੇ ਕਿ ਸਾਨੂੰ ਪ੍ਰਵਾਨਗੀ ਨਹੀਂ ਦੇ ਰਹੇ ਜੀ ਉਹ ਅਮੈਂਡਮੈਂਟ ਦਾ ਇਹੀ ਹਿੱਸਾ ਸੀਗਾ ਜੀ ਇਸੇ ਕਰਕੇ ਹਾਂ ਜੀ ਤਾਂ ਵਿਜੀਲੈਂਸ ਐਕਟ ਹੁੰਦਾ ਇੱਕ ਇਹਨਾਂ ਦਾ ਵੱਖੋ ਵੱਖਰਾ ਹੈ ਸੂਬਿਆਂ ਦਾ ਤਾਂ ਵਿਜੀਲੈਂਸ ਦਾ ਜੇ ਪੰਜਾਬੀ ਚੋਂ ਲੱਥਾ ਕਰੋਗੇ ਤਾਂ ਮਤਲਬ ਹੋਏਗਾ ਚੌਕਸੀ ਜੀ ਚੌਕਸੀ ਵਿਜੀਲੈਂਸ ਦਾ ਮਤਲਬ ਚੌਕਸੀ ਚੌਕਸੀ ਦਾ ਮਤਲਬ ਕੀ ਹੈ ਕਿ ਇੱਕ ਐਸਾ ਵਿੰਗ ਜਿਹੜਾ ਚੌਕਸ ਰਹਿੰਦਾ ਆਲਵੇਸ ਜੀ ਕਿ ਸਰਕਾਰੀ ਤੰਤਰ ਦੇ ਵਿੱਚ ਕਿਸੇ ਤਰ੍ਹਾਂ ਦੀ ਰਿਸ਼ਵਤਖੋਰੀ ਜਾਂ ਭ੍ਰਿਸ਼ਟਾਚਾਰੀ ਨਾ ਹੋਵੇ ਜੀ ਮਤਲਬ ਚੌਕਸੀ ਰੱਖਦਾ ਉਹ ਤਉਨੂ ਚੌਕਸੀ ਮਹਿਕਮਾ ਕਹਿੰਦਾ ਇਹ ਪੰਜਾਬ ਪੁਲਿਸ ਵਾਲੇ ਹੁੰਦੇ ਨੇ ਜੀ ਨਹੀਂ ਇਹਨਾਂ ਦੀ ਭਰਤੀ ਕੋਈ ਅੱਡ ਹੁੰਦੀ ਹੈ ਪੰਜਾਬ ਪੁਲਿਸ ਵਾਲੇ ਹੁੰਦੇ ਨੇ ਪਰ ਕਹਿ ਲੋ ਕਿ ਥੋੜਾ ਜਨਾ ਤਾਂ ਕੰਮ ਕਰਨ ਦਾ ਜਾਂ ਇਹਨਾਂ ਦੀ ਮਹਾਰਤ ਦਾ ਜਿਹੜਾ ਲੈਵਲ ਹੈ ਉਹ ਥੋੜਾ ਅਲੱਗ ਹੁੰਦਾ ਹੈ ਜੀ ਜੀ